ਬਾਬਾ ਸਰਬਜੋਤ ਸਿੰਘ ਬੇਦੀ ਜੀ ਨੇ ਮਨਾਇਆ ਗਾ ਔਰ ਸਮੁੱਚੀ ਸਾਧ ਸੰਗਤ ਇਕੱਠੀ ਹੋਈ ਆ ਔਰ ਖਾਸ ਤੌਰ 'ਤੇ ਰਾਜਸੀ ਧਿਰਾਂ ਨੇ ਸਾਰੀਆਂ ਰਾਜਸੀ ਧਿਰਾਂ ਪੰਜਾਬ ਦੀਆਂ ਉਹਨਾਂ ਰਾਜਸੀ ਧਿਰਾਂ ਨੂੰ ਛੱਡ ਕੇ ਜਿਨ੍ਹਾਂ ਨੇ ਮੈਂ ਸਮਝਦਾ ਸਿਆਸਤ ਕੀਤੀ ਹੈ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਸਿਆਸਤ ਕਰ ਰਹੇ ਨੇ ਚਾਹੇ ਉਹ ਕਾਂਗਰਸ ਪਾਰਟੀ ਹੈ ਚਾਹੇ ਅਕਾਲੀ ਦਲ ਲਗਾਤਾਰ ਸਿਆਸਤ ਕਰ ਰਹੇ ਨੇ ਉਹਨਾਂ ਨੂੰ ਛੱਡ ਕੇ ਸਾਰੀਆਂ ਰਾਜਸੀ ਧਿਰਾਂ ਇਸ ਮੰਚ 'ਤੇ ਇਕੱਠੀਆਂ ਹੋ ਜਾਣਗੀਆਂ ਔਰ ਬਾਬਾ ਸਰਬਜੀਤ ਸਿੰਘ ਬੇਦੀ ਨੇ ਸੰਦੇਸ਼ ਦੇ ਰਿਹਾ ਕੌਮ ਨੂੰ ਉਸ ਉਹਨਾਂ ਦੇ ਨਾਲ ਅਸੀਂ ਮਿਲ ਕੇ ਸਮਾਗਮ ਮਨਾ ਰਹੇ ਹਾਂ। ਰਜਵਾਣਾ ਸਾਹਿਬ ਦੀ ਫਾਂਸੀ ਤੋਂ ਸਜ਼ਾ ਬਦਲ ਕੇ ਉਹਨਾਂ ਨੇ ਉਮਰ ਕੈਦ ਕਰ ਦਿੱਤੀ, ਕੀ ਕਹਿਣਾ ਚਾਹੁੰਦੇ? ਦੇਖੋ ਰਜਵਾਣਾ ਸਾਹਿਬ ਦੀ ਜਿਹੜੀ ਤੁਸੀਂ ਦੱਸਿਆ ਗਾ ਤੁਹਾਡੇ ਜ਼ਰੀਏ ਮੈਨੂੰ ਪਤਾ ਲੱਗਿਆ ਕਿ ਉਹਨਾਂ ਦੀ ਜਿਹੜੀ ਫਾਂਸੀ ਦੀ ਸਜ਼ਾ ਬਦਲ ਕੇ ਜਿਹੜੀ ਆ ਉਹ ਉਮਰ ਕੈਦ ਹੋਈ ਆ। ਇੱਕ ਪ੍ਰੋਸੀਜਰ ਆ ਕਾਨੂੰਨ ਦਾ, ਕਾਨੂੰਨ ਦੇ ਪ੍ਰੋਸੀਜਰ ਨਾਲ ਸੈਂਟਰ ਸਰਕਾਰ ਨੇ ਔਰ ਪੰਜਾਬ ਸਰਕਾਰ ਨੇ ਇਹ ਕੀਤੀ ਆ ਕਿਉਂਕਿ ਪੰਜਾਬ ਸਰਕਾਰ ਨੇ ਉਹਨਾਂ ਪਰ ਰਿਪੋਰਟਾਂ ਲਈਆਂ ਹੋਣਗੀਆਂ, ਸੈਂਟਰ ਸਰਕਾਰ ਨੇ ਲਈਆਂ ਹੋਣਗੀਆਂ। ਸੋ ਮੈਂ ਸਮਝਦਾ ਕਿ ਕਾਨੂੰਨ ਦੇ ਪ੍ਰੋਸੀਜਰ ਰਾਹੀਂ ਇਹ ਜਿਹੜੀ ਹੋਈ ਹੈਗੀ। ਕੀ ਕਹਿਣਾ ਚਾਹੋਗੇ, ਕੋਰੀਡੋਰ ਖੁੱਲ੍ਹ ਚੁੱਕਾ ਪਰ ਹਾਲੇ ਵੀ ਕਈ ਸਿਆਸੀ ਨੇਤਾ ਜਿਹੜੇ ਨੇ ਉਹਦੇ ਉੱਤੇ ਰਾਜਨੀਤੀ ਕਰਦੇ ਦਿਖਾਈ ਦੇ ਰਹੇ ਨੇ, ਆਈਐਸਆਈ ਦੇ ਪਾਕਿਸਤਾਨ ਦੀ ਸ਼ਰਾਰਤ ਕਹਿ ਰਹੇ ਨੇ? ਦੇਖੋ 72 ਸਾਲਾਂ ਬਾਅਦ ਸਿੱਖ ਸੰਗਤ ਦੀ ਗੁਰੂ ਨਾਨਕ ਲਾਵਲੇ ਬਾਅਦ ਜਿਹੜੀ ਅਰਦਾਸ ਪੂਰੀ ਹੋਈ ਆ, ਮੈਂ ਸਮਝਦਾ ਉਹਨੂੰ ਤਾਰ ਪਿੱਟੋ ਨਹੀਂ ਕਰਨਾ ਚਾਹੀਦਾ, ਲਾਂਘਾ ਖੁੱਲ੍ਹ ਰਿਹਾ ਉਹ ਸਵਾਗਤ ਹੋਣਾ ਚਾਹੀਦਾ, ਚਾਹੇ ਕੋਈ ਵੀ ਜਿਹੜਾ ਹੈਗਾ ਮੋਹਰੀ ਬਣਿਆ ਗਾ ਉਹਦੇ ਲਈ ਮੈਂ ਸਮਝਦਾ ਪੰਜਾਬ ਸਰਕਾਰ ਜਾਂ ਕੋਈ ਹੋਰ ਵੀ ਬੰਦਾ ਜਿਹੜੇ ਜਿਹਨੇ ਵੀ ਇਹ ਐਫਰਟ ਕੀਤੇ ਨੇ, ਚਾਹੇ ਨਵਜੋਤ ਸਿੰਘ ਸਿੱਧੂ ਆ ਜਾਂ ਹੋਰ ਵੀ ਨੇ, ਪਰ ਲੇਕਿਨ ਜਿਹੜੇ ਬੰਦੇ ਸਿਆਸਤ ਕਰ ਰਹੇ ਬਹੁਤ ਮਾੜੀ ਗੱਲ ਆ ਕਿਉਂਕਿ 550 ਸਾਲਾ ਗੁਰਪੁਰਬ ਮਨਾ ਰਹੇ ਹੈਗੇ ਔਰ 72 ਸਾਲਾਂ ਬਾਅਦ ਸਿੱਖ ਸੰਗਤ ਗੁਰੂ ਨਾਨਕ ਲੇਵਲੇ ਬਾਅਦ ਜਿਹੜੀ ਅਰਦਾਸ ਪੂਰੀ ਹੋਈ ਆ ਉਹਨੂੰ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਨੇ, ਨਾ ਕਿ ਸਿਆਸਤ ਕਰਨੀ ਚਾਹੀਦੀ ਹੈ। इस चैनल पर चल रहे मुद्दों पर अपने विचार देने के लिए कमेंट करें और अपडेट रहने के लिए चैनल को लाइक एंड सब्सक्राइब करें और हाँ, बेल आइकन दबाना ना भूलें।